ਚੱਲੂਗਾ ਤਾਂ ਜ਼ਾਹਰ ਹੈ ਉਹਨੂੰ ਚਲਾਉਣ ਵਾਸਤੇ ਬਿਜਲੀ ਵੀ ਚਾਹੀਦੀ ਆ, ਅਤੇ ਬਿਜਲੀ ਜਿਹੜੀ ਹੈ ਉਹ ਸਾਨੂੰ ਤਾਂ ਬੜੀ ਥੋੜ੍ਹੀ ਬਿਜਲੀ ਜਿਹੜੀ ਆ ਭਾਖੜੇ ਤੋਂ ਵੀ ਮਿਲਦੀ ਆ, ਕਿਉਂਕਿ ਉਹਦੇ ਵਿੱਚੋਂ ਮੇਜਰ ਪਾਰਟ ਜਿਹੜਾ ਉਹ ਤਾਂ ਮਤਲਬ ਦਿੱਲੀ ਲੈ ਜਾਂਦੀ ਆ, ਕਿਉਂਕਿ ਬੀਬੀ ਐਮ ਬੀ ਦੇ ਅਧੀਨ ਹੈਗਾ ਉਹ, ਸਾਡੇ ਤਾਂ ਅਧੀਨ ਹੈ ਨਹੀਂ ਉਹ ਡੈਮ। ਸੋ ਇਸ ਕਰਕੇ ਸਾਨੂੰ ਉਹ ਬਿਜਲੀ ਪ੍ਰੋਡਿਊਸ ਕਰਨ ਵਾਸਤੇ ਥਰਮਲ ਲਾਉਣੇ ਪੈਣਗੇ, ਅਤੇ ਸਾਡੇ ਤਕਰੀਬਨ 9-10-12 ਥਰਮਲ ਜਿਹੜੇ ਆ ਇਸ ਵੇਲੇ ਪੰਜਾਬ ਦੇ ਵਿੱਚ ਕੰਮ ਕਰਦੇ ਆ, ਕੁਛ ਉਹਨਾਂ ਦੇ ਵਿੱਚੋਂ ਗੌਰਮੈਂਟ ਦੇ ਥਰਮਲ ਪਲਾਂਟਸ ਨੇ, ਕੁਛ ਉਹਨਾਂ ਦੇ ਵਿੱਚੋਂ ਪ੍ਰਾਈਵੇਟ ਅਦਾਰਿਆਂ ਦੇ ਥਰਮਲ ਪਲਾਂਟ ਨੇ। ਅਤੇ ਹਿਸਾਬ ਲਗਾ ਕੇ ਦੇਖੋ, ਕਈ ਵਾਰੀ ਮੈਂ ਦੇਖਦਾ ਹੁੰਦਾ ਕਿ ਇਸ ਵੇਲੇ ਉਹ ਥਰਮਲ ਜਿਹੜੇ ਆ ਉਹਨਾਂ ਤੋਂ ਜੇ ਤੁਸੀਂ ਅੰਦਾਜ਼ਾ ਲਗਾਓ ਕਿ ਤੁਸੀਂ ਸੋਚਦੇ ਹੋ ਕਿ ਕਿੰਨੀ ਕੁ ਬਿਜਲੀ ਜਿਹੜੀ ਹੈ ਉਹ ਪੈਦਾ ਹੁੰਦੀ ਹੋਏਗੀ ਇਹਨਾਂ ਟਿਊਬਵੈੱਲਾਂ ਨੂੰ ਚਲਾਉਣ ਵਾਸਤੇ, ਜਿਹੜੀ ਕਿ ਬਿਜਲੀ ਸਾਡੀ ਫਰੀ ਦਿੱਤੀ ਜਾ ਰਹੀ ਆ। ਯਾਨੀ ਉਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਫਿਗਰ ਦਿੰਦਾ, ਹੈਰਾਨ ਕਰਨ ਵਾਲੀ ਫਿਗਰ ਆ ਕਿ 1150 ਕਰੋੜ ਯੂਨਿਟ ਬਿਜਲੀ ਚਾਹੀਦੀ ਆ ਇਹਨਾਂ ਮਤਲਬ ਟਿਊਬਵੈੱਲਾਂ ਨੂੰ ਚਲਾਉਣ ਵਾਸਤੇ। 1150 ਕਰੋੜ ਮੀਨਸ ਕਿ ਜੇ ਤੁਸੀਂ ਇਹਨੂੰ 5 ਰੁਪਈਏ ਯੂਨਿਟ ਦੇ ਹਿਸਾਬ ਨਾਲ ਵੀ ਲਾਓ, ਬਹੁਤਾ ਜੇ ਨਹੀਂ ਵੀ ਲਾਉਣਾ 5 ਰੁਪਈਏ, ਵੈਸੇ ਤਾਂ ਇਸ ਵੇਲੇ ਕਾਫੀ ਮਹਿੰਗੀ ਆ ਬਿਜਲੀ, 5 ਰੁਪਈਏ ਦੇ ਹਿਸਾਬ ਨਾਲ ਵੀ ਲਾਓ ਅਤੇ ਤਾਂ ਵੀ ਤਕਰੀਬਨ ਇਹ 5800 ਕਰੋੜ ਰੁਪਈਏ ਦੀ ਬਿਜਲੀ ਫੂਕ ਦਿੰਦਾ ਪੰਜਾਬ, ਫਰੀ ਬਿਜਲੀ ਜਿਹੜੀ ਆ। ਔਰ ਪ੍ਰੋਬਲਮ ਸਿਰਫ ਇਸ ਕਰਕੇ ਕਿ ਸਾਨੂੰ ਇਹ ਪਾਣੀ ਜਿਹੜਾ ਇਹ ਬਾਹਰ ਕੱਢਣਾ ਪੈਣਾ। ਜੇ ਕਿਤੇ ਸਾਨੂੰ ਨਹਿਰਾਂ ਦਾ ਪਾਣੀ ਮਿਲਦਾ ਹੁੰਦਾ ਤਾਂ ਕਮ ਸੇ ਕਮ ਇਹ ਟਿਊਬਵੈੱਲ ਨਹੀਂ ਸੀ ਲਾਉਣੇ ਪੈਣੇ, ਇਹ ਥਰਮਲ ਨਹੀਂ ਸੀ ਲਾਉਣੇ ਪੈਣੇ, ਇਹ ਬਿਜਲੀ ਜਿਹੜੀ ਆ ਇਹਦੀ ਸਾਨੂੰ ਲੋੜ ਨਹੀਂ ਸੀ ਪੈਣੀ। ਕੋਲ ਇਜ਼ ਅ ਵਰਸਟ ਫਿਊਲ, ਸਭ ਤੋਂ ਟੌਕਸਿਕ ਫਿਊਲ ਹੈ ਦੁਨੀਆਂ ਦੇ ਅੰਦਰ। ਕੋਈ ਕੰਟਰੀ ਨਵਾਂ ਕੋਲ ਬੇਸਡ ਪਾਵਰ ਪਲਾਂਟ ਨਹੀਂ ਲਾ ਰਿਹਾ, ਜਿਹੜੇ ਪੁਰਾਣੇ ਲੱਗੇ ਹੋਏ ਹੋ ਦੇ ਆਰ ਟਰਾਇੰਗ ਟੂ ਫੇਜ਼ ਇਟ ਆਊਟ। ਇੰਡੀਆ ਕਿਹੋ ਜਿਹਾ ਮੁਲਕ ਜਿੱਥੇ ਨਵੇਂ ਕੋਲ ਬੇਸਡ ਥਰਮਲ ਪਾਵਰ ਪਲਾਂਟਸ ਲੱਗ ਰਹੇ ਹੈ, ਔਰ ਪੰਜਾਬ ਦੇ ਅੰਦਰ ਤਾਂ ਮੈਸਿਵ ਲੱਗੇ ਹੈ, ਪੰਜਾਬ ਦਾ ਮੈਸਿਵ ਲਾਤੇ, ਇੰਨੀ ਕੁ ਸਟੇਟ ਹੈ ਉਹਦੇ ਅੰਦਰ, ਇਹਨਾਂ ਸਪਰਤਾ ਇਹਨਾਂ ਨੇ ਕੋਲ ਬੇਸ ਥਰਮਲ ਪਾਵਰ ਪਲਾਂਟ, ਉਸ ਵਕਤ ਕਿੱਥੇ ਜਾਏਗੀ? ਅਲਟੀਮੇਟਲੀ ਇਨਵਾਇਰਮੈਂਟ 'ਚ ਜਾਏਗੀ। ਤੁਸੀਂ ਜਿੰਨਾ ਮਰਜ਼ੀ ਕਹਿ ਲਓ ਉਹਨੂੰ ਬ੍ਰਿਕਸ ਪਾਵਾਂਗੇ ਜੀ, ਜੇ ਕਰਾਂ ਕਿੰਨੀ ਪਾਓਗੇ, ਉਹ ਜਿੱਥੇ ਪਈਏ ਤੁਸੀਂ ਡੰਪ ਕਰ ਰੱਖੀ, ਐਡੇ ਹਿਊਜ ਢੇਰ ਬਣੇ ਹੋਏ ਉਹਦੇ ਅੰਦਰ, ਉਹ ਹਵਾ ਆਉਂਦੀ ਉੱਡ ਜਾਂਦੀ, ਹਵਾ 'ਚ ਉੱਡ ਜਾਂਦੀ ਹੈ, ਥੱਲੇ ਬਾਰਿਸ਼ ਹੁੰਦੀ, ਥੱਲੇ ਪਾਣੀ ਚਲੀ ਜਾਂਦੀ ਹੈ। ਆਫਟਰ ਤੁਸੀਂ ਨਿਕਲਦੇ ਤੋਂ ਤੁਸੀਂ ਆਫਟਰ ਕਿੰਨੀ ਕੁ ਧਰਤੀ ਹੈ ਅਤੇ ਕਿੰਨਾ ਕੁ ਇਨਵਾਇਰਮੈਂਟ ਹੈ ਅਤੇ ਕਿੰਨਾ ਕਿੱਥੇ ਲੈ ਕੇ ਜਾਓਗੇ ਉਸ ਵਾਰ? ਔਰ ਹੋਰ ਦੇਖੋ ਕਿ ਪੰਜਾਬ ਦੇ ਵਿੱਚ ਜਿਹੜੀ ਹੁਣ ਸਾਡੀ ਪੋਲਿਊਸ਼ਨ ਦੀ ਪ੍ਰੋਬਲਮ ਆ ਰਹੀ ਹੈ ਕਿ ਇੰਨੀ ਬਿਜਲੀ ਪੈਦਾ ਕਰਨ ਵਾਸਤੇ ਇੰਨੇ ਥਰਮਲ ਜਿਹੜੇ ਆ ਉਹਨਾਂ ਨੂੰ ਚਲਾਉਣ ਵਾਸਤੇ ਇਹਦੇ 'ਚ 4,38,00,000 ਟਨ ਕੋਲਾ ਪੁੱਖ ਜਾਂਦਾ ਹਰ ਸਾਲ। ਔਰ ਤੁਸੀਂ ਹਿਸਾਬ ਲਗਾਓ ਕਿ ਇਹ ਕੋਲਾ ਜਿਹੜਾ ਇਹਦੀ 1/4 ਸਵਾਹ ਬਣਦੀ ਆ, ਸਾਇੰਸ ਦੇ ਹਿਸਾਬ ਨਾਲ ਵੀ ਜੇ 4 ਕਿਲੋ ਕੋਲਾ ਹੋਵੇ ਤਾਂ 1 ਕਿਲੋ ਉਹਦੀ ਸਵਾਹ ਬਣਦੀ ਆ, ਅਤੇ ਜਿਹੜਾ 4,38,00,000 ਟਨ ਕੋਲਾ ਹੈ ਇਹਦਾ ਮਤਲਬ ਹੈ ਕਿ ਇਹਦੀ 1,46,00,000 ਟਨ ਸਵਾਹ ਬਣੂਗੀ। ਔਰ ਉਹ ਸਵਾਹ ਹੈ ਕਿੱਥੇ? ਯਾਨੀ ਜਿਹੜੀ ਟ੍ਰੇਨ ਸਾਡੇ ਕੋਲ ਝਾਰਖੰਡ ਤੋਂ ਜਾਂ ਬਾਕੀਆਂ ਸਟੇਟਾਂ ਤੋਂ ਕੋਲਾ ਲੈ ਕੇ ਆਉਂਦੀ ਆ ਉਹ ਤਾਂ ਖਾਲੀ ਵਾਪਸ ਜਾਂਦੀ ਆ। ਇਹਦਾ ਮਤਲਬ ਹੈ ਕਿ ਇੰਨੀ ਸਵਾਹ ਜਿਹੜੀ ਆ ਪੰਜਾਬ 'ਚ ਹਰ ਸਾਲ ਇਕੱਠੀ ਹੋਈ ਜਾ ਰਹੀ ਆ। ਇਹਦੇ ਬਾਰੇ ਕਿਸੇ ਨੂੰ ਬੋਦਰੇਸ਼ਨ ਨਹੀਂ ਕਿ ਇੰਨੀ ਸਵਾਹ, ਯਾਨੀ ਰੋਜ਼ ਤਕਰੀਬਨ 11-12 ਟ੍ਰੇਨਾਂ ਜਿਹੜੀਆਂ ਉਹ ਸਵਾਹ ਕੋਲੇ ਦੀਆਂ ਆਉਂਦੀਆਂ ਅਤੇ 3-4 ਟ੍ਰੇਨਾਂ ਜਿਹੜੀਆਂ ਸਵਾਹ ਦੀਆਂ ਪੈਦਾ ਹੋ ਜਾਂਦੀਆਂ, 3-4 ਟ੍ਰੇਨਾਂ ਸਵਾਹ ਦੀਆਂ 60-60 ਬੋਗੀਆਂ ਵਾਲੀਆਂ। ਤੁਸੀਂ ਹਿਸਾਬ ਲਾਓ ਕਿ ਉਹ ਸਵਾਹ ਹੈ ਕਿੱਥੇ ਇਸ ਵੇਲੇ? ਯਾਨੀ ਜ਼ਾਹਰ ਆ ਕੋਈ ਸਾਡੇ ਖੇਤਾਂ ਵਿੱਚ ਖਿਲਰੇਗੀ, ਸਾਡੇ ਪਾਣੀ ਦੇ ਵਿੱਚ ਜਾਏਗੀ ਜਾਂ ਕਿਸੇ ਕੰਸਟਰਕਸ਼ਨ ਵਾਸਤੇ ਯੂਜ਼ ਹੋਏਗੀ ਉਹ ਸਵਾਹ, ਜਿੱਦਾਂ ਸੀਮੈਂਟ ਵਾਸਤੇ ਇਸ ਵੇਲੇ ਸਵਾਹ ਵਰਤ ਰਹੇ ਨੇ। ਔਰ ਉਸ ਸਵਾਹ ਦੇ ਵਿੱਚ ਬਹੁਤ ਸਾਰੇ ਹੈਵੀ ਮੈਟਲਸ ਨੇ ਜਿਹਨਾਂ ਦੇ ਵਿੱਚੋਂ ਯੂਰੇਨੀਅਮ ਵੀ ਇੱਕ ਹੈਗਾ,
ਜਿਹਦੇ ਵਿੱਚੋਂ ਬਹੁਤ ਜ਼ਿਆਦਾ ਡੈਡਲੀ ਰੇਡੀਏਸ਼ਨਸ ਨਿਕਲਦੀਆਂ ਨੇ। ਔਰ ਇਹੀ ਕਾਰਨ ਆ ਕਿ ਜਿੱਥੇ ਜਿੱਥੇ ਤਕਰੀਬਨ ਥਰਮਲ ਪਲਾਂਟ ਜਿਹੇ ਲੱਗੇ ਹੋਏ ਨੇ ਉੱਥੇ ਦੇਖਿਆ ਇਹ ਗਿਆ ਕਿ ਇਹ ਯੂਰੇਨੀਅਮ ਦਾ ਅਮਾਊਂਟ ਜਿਹੜਾ ਹੈ ਉਸ ਧਰਤੀ ਦੇ ਪਾਣੀ ਦੇ ਵਿੱਚ ਜਾਂ ਉਸ ਸਲਰੀ ਦੇ ਵਿੱਚ ਬਹੁਤ ਜ਼ਿਆਦਾ, ਤਕਰੀਬਨ 3.5 PPM ਅਮਾਊਂਟ ਹੈ ਉਹਦੇ ਵਿੱਚ, ਜਿਹੜਾ ਕਿ ਕਈ ਟੰਨਾਂ ਦੇ ਵਿੱਚ ਯੂਰੇਨੀਅਮ ਪਹੁੰਚ ਜਾਂਦਾ ਜੇ ਤੁਸੀਂ ਉਹਦਾ ਅੰਦਾਜ਼ਾ ਲਗਾ ਕੇ ਦੇਖੋ ਕੋਲੇ ਦੇ ਹਿਸਾਬ ਨਾਲ ਤਾਂ। ਸੋ ਜ਼ਾਹਰ ਹੈ ਕਿ ਇਹ ਇਲਾਕਾ ਜਿਹੜਾ ਕੁਛ ਪਾਣੀ ਦੇ ਦੁੱਖੋਂ ਮਰ ਜਾਏਗਾ ਅਤੇ ਕੁਛ ਰਹਿੰਦਾ ਖੁੰਹਦਾ ਜਿਹੜਾ ਉਹ ਹੈਵੀ ਮੈਟਲ ਕਰਕੇ ਯੂਰੇਨੀਅਮ ਦੇ ਦੁੱਖੋਂ ਮਰ ਜਾਏਗਾ। ਯਾਨੀ ਸਾਰੇ ਦਾ ਸਾਰਾ ਇਲਾਕਾ ਜਿਹੜਾ ਉਹ ਆਸਤਾ ਆਸਤਾ ਇੱਕ ਇੱਦਾਂ ਦੀ ਮਤਲਬ ਅਣਹੋਣੀ ਨੂੰ ਫੇਸ ਕਰਨ ਜਾ ਰਿਹਾ ਜਿਹਦਾ ਇਹਨਾਂ ਦੇ ਕੋਲ ਕੋਈ ਅੰਦਾਜ਼ਾ ਨਹੀਂ ਔਰ ਜਿਹਦਾ ਇਹਨਾਂ ਨੇ ਕਦੀ ਸੋਚਿਆ ਵੀ ਨਹੀਂ, ਇਲਾਜ ਵੀ ਨਹੀਂ।